ਬੇਸ਼ੱਕ ਅਸੀਂ ਬਾਲੀਵੁੱਡ ਦੀ ਗੱਲ ਕਰੀਏ, ਹਾਲੀਵੁੱਡ ਦੀ ਗੱਲ ਕਰੀਏ, ਪੰਜਾਬ ਦੀ ਗੱਲ ਕਰੀਏ, ਕਦੀ ਸੋਚਿਆ ਕਿ ਕਾਸ਼ ਮੈਂ ਪਿਕਚਰ ਕਰਦਾ ਜਾਂ ਮੈਂ ਇਦਾਂ ਦਾ ਸਬਜੈਕਟ ਕੁਝ ਕਰਾਂ? ਨਹੀਂ ਦੇਖੋ, ਮੈਂ ਤਾਂ ਦੇਖੋ ਹਰ ਬੰਦਾ ਕੀ ਆ, ਮੈਂ ਲਾ ਲਓ ਜਾਂ ਹੋਰ ਕੋਈ ਡਾਇਰੈਕਟਰ ਲਾ ਲਓ, ਆਪਣੇ ਵੱਲੋਂ ਸਬਜੈਕਟ ਵਧੀਆ ਚੂਜ਼ ਕਰਦਾ ਕੀ ਆ। ਇੱਕ ਬੰਦੇ ਨਾ ਜੋਨਰ ਹੁੰਦਾ ਕਿ ਮੈਂ ਇੱਦਾਂ ਦੀਆਂ ਫਿਲਮਾਂ ਬਣਾਵਾਂ। ਮੈਨੂੰ ਲੱਗਦਾ ਮੈਨੂੰ ਹਰ ਤਰ੍ਹਾਂ ਦੀ ਫਿਲਮ ਬਣਾਉਣੀ ਚਾਹੀਦੀ ਹੈ, ਕਿ ਜਿਵੇਂ ਮੇਰੀ ਜੱਟ ਬੁਆਏ ਆਈ ਆ ਜਿਹੜੀ ਹੁਣ ਮੈਂ ਅਗਲੀ ਨੈਕਸਟ ਫਿਲਮ ਕਰ ਰਿਹਾ, ਉਹਦਾ ਜੋਨਰ ਅਲੱਗ ਗਿਆ ਬਿਲਕੁਲ ਉਹ ਤੋਂ। ਮੈਂ ਹਰ ਹਰ ਕਿਸਮ ਦੀ ਫਿਲਮ ਕਰਨਾ ਚਾਹੁੰਦਾ, ਖੁਦ ਨਾਲ ਐਕਸਪੀਰੀਅੰਸ ਪਹਿਲਾਂ ਕਰਦਾ, ਫਿਰ ਬਾਹਰ ਤੋਂ ਬਾਅਦ 'ਚ ਪਰੋਸਿਆ ਜਾਏਗਾ, ਪਹਿਲਾਂ ਤਾਂ ਆਪਣੇ ਆਪ ਨਾਲ, ਫਿਰ ਬਾਅਦ ਦੀ ਗੱਲ ਹੈ ਬਾਅਦ। ਅੱਛਾ, ਤੁਸੀਂ ਕਿਹਾ ਕਿ ਤੁਹਾਡੀ ਨਵੀਂ ਪਿਕਚਰ ਆ ਵੀ ਰਹੀ ਹੈ, ਇਹਦੇ ਬਾਰੇ ਕੁਝ ਦੱਸੋ ਕਿ ਕਿਹੜਾ ਪ੍ਰੋਜੈਕਟ ਹੈ, ਕਿੱਦਾਂ ਦਾ ਪ੍ਰੋਜੈਕਟ ਹੈ? ਜੀ ਨਵਾਂ ਜਿਹੜਾ ਪ੍ਰੋਜੈਕਟ ਹੈ, ਇੱਕ ਲਾਈਫ ਦੇ ਬਹੁਤ ਨੇੜੇ ਦੀ ਸਟੋਰੀ ਲਗਾ ਲਓ, ਇੱਕ ਇੱਕ ਲੜਕੇ ਦੀ ਸਟੋਰੀ ਲਗਾ ਲਓ, ਇੱਕ ਹਰ ਹਰ ਉਹ ਨੌਜਵਾਨ ਦੀ ਸਟੋਰੀ ਲਗਾ ਲਓ ਕਿ ਜਿਹਨੇ ਆਪਣੇ ਉਸ ਉਮਰ ਦੇ ਜਿਹਦੇ ਵਿੱਚ ਉਹਦੇ ਬਹੁਤ ਡ੍ਰੀਮ ਹੁੰਦੇ ਆ, ਜਿਹਦੇ 'ਚ ਉਹ ਸੁਪਨੇ ਬੁਣਦਾ, ਅਤੇ ਸਾਕਾਰ ਕਰਨ ਦੀ ਸ਼ਕਤੀ ਉਹਨਾਂ ਤੋਂ ਜ਼ਿਆਦਾ ਉਹਦੇ ਅੰਦਰ ਹੁੰਦੀ ਹੈ। ਜਦੋਂ ਉਹ ਆਦਮੀ ਕਿਸੇ ਗਲਤ ਟਰੈਕ 'ਤੇ ਚੜ੍ਹਦਾ, ਅਤੇ ਉਹ ਜਦੋਂ ਉਹਦੀ ਸਾਰੇ ਡ੍ਰੀਮ ਕੀ ਉਹਦੀ ਸਾਰੀ ਲਾਈਫ ਨਸ਼ਟ ਹੁੰਦੀ ਆ ਵਿਦਨ ਕੁਛ ਸਾਲਾਂ ਦੇ ਵਿੱਚ, ਅਤੇ ਉਸ ਐਂਗਲ ਦੇ ਉੱਤੇ ਥੋੜ੍ਹਾ ਜਿਹਾ ਮੈਂ ਕੰਮ ਕਰ ਰਿਹਾ, ਉਸ ਐਂਗਲ 'ਤੇ ਫਿਲਮ। ਜਿੰਨੀਆਂ ਕੁ ਫਿਲਮਾਂ ਬਣ ਰਹੀਆਂ, ਅਸੀਂ ਅਗਰ ਗੱਲ ਕਰਦੇ ਹਾਂ ਕੁਆਂਟਿਟੀ ਦੀ, ਵੋਲੀਊਮ ਦੀ ਗੱਲ ਕਰਦੇ ਹਾਂ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਤੁਹਾਨੂੰ ਲੱਗਦਾ ਹੈਲਦੀ ਹੈ? ਹਰ ਇੱਕ ਪੰਜਾਬੀ ਫਿਲਮ ਨੂੰ ਰਿਲੀਜ਼ਿੰਗ ਦੇ ਦੌਰਾਨ ਘੱਟੋ ਘੱਟ 15 ਦਿਨ ਮਿਲਣੇ ਚਾਹੀਦੇ, ਤਾਂ ਜਾ ਕੇ ਸਮਝ ਆਏਗੀ, ਲੋਕ ਦੇਖਣਗੇ, ਉਹਦੀ ਰਿਕਵਰੀ ਆ। ਹੁਣ ਪੰਜਾਬੀ ਸਿਨੇਮਾ ਐਡਾ ਵੱਡਾ ਹੋਇਆ ਨਹੀਂ ਕਿ ਇੱਕੋ ਦਿਨ ਤੁਸੀਂ 2 ਫਿਲਮਾਂ ਰਿਲੀਜ਼ ਕਰਦੇ ਹੋ। ਬਿਲਕੁਲ, ਇਹਦੇ ਕਰਕੇ ਥੋੜ੍ਹਾ ਜਿਹਾ ਪ੍ਰੋਡਿਊਸਰ ਨੂੰ ਵੀ ਇੱਕ ਕੋਈ ਜਾਂ ਐਸੋਸੀਏਸ਼ਨ ਬਣਾਉਣੀ ਚਾਹੀਦੀ ਹੈ, ਕੋਆਰਡੀਨੇਸ਼ਨ ਹੋਣੀ ਚਾਹੀਦੀ ਹੈ, ਇੱਕ ਸਮਝਣਾ ਚਾਹੀਦਾ, ਸਮਝ ਮਤਲਬ ਇਹ ਕਿ ਫਿਲਮ 'ਤੇ ਜਿਹੜੇ ਉਸ ਐਂਗਲ 'ਤੇ ਜਾ ਕੇ ਡਾਇਰੈਕਟਰ ਪ੍ਰੋਡਿਊਸਰ ਜਾਂ ਜਿਹੜਾ ਵੀ ਪੈਸਾ ਲਾ ਰਿਹਾ ਉਹਨਾਂ ਨੂੰ ਆਪਸ ਵਿੱਚ ਕੋਆਰਡੀਨੇਟ ਕਰਕੇ ਅਤੇ ਫਿਲਮ ਦਾ ਇੱਕ ਗੈਪ ਰੱਖ ਕੇ ਫਿਲਮ ਰਿਲੀਜ਼ ਕਰੋ, ਤਾਂ ਕਿ ਫਿਲਮ ਲੋਕ ਦੇਖਣ, ਲੋਕਾਂ ਨੂੰ ਸਾਰਿਆਂ ਦਾ ਫਾਇਦਾ ਹੋਵੇ। ਬਿਲਕੁਲ, ਫਾਇਦਾ ਵੀ ਹੋਵੇ ਔਰ ਸਿਨੇਮਾ ਜਿਹੜਾ ਗਰੋਥ ਕਰੇ। ਹੁਣ ਤੋਂ 5-6 ਸਾਲਾਂ ਤੋਂ ਬਾਅਦ ਪੰਜਾਬੀ ਸਿਨੇਮਾ ਨੂੰ ਕਿੱਥੇ ਦੇਖਦੇ ਹੋ? ਦੇਖੋ ਜੀ, ਜੇ ਅਸੀਂ ਸਮਝ ਜਾਵਾਂਗੇ ਤਾਂ ਫਿਰ ਜਿਵੇਂ ਤਾਮਿਲ ਦਾ ਸਿਨੇਮਾ ਬਹੁਤ ਵੱਡੀ ਇੰਡਸਟਰੀ ਆ, ਫਿਰ ਅਸੀਂ ਉੱਦਾਂ ਦੇ ਹੋਵਾਂਗੇ। ਜੇ ਅਸੀਂ ਸੰਭਲਾਂਗੇ ਨਾ, ਸਮਝਾਂਗੇ ਨਾ, ਫਿਰ ਅਸੀਂ ਕਿਤੇ ਵੀ ਨਹੀਂ ਆਵਾਂਗੇ। ਜਾਣ ਤੋਂ ਪਹਿਲਾਂ ਕੀ ਸੁਨੇਹਾ ਦੇਣਾ ਚਾਹੋਗੇ ਦਰਸ਼ਕਾਂ ਨੂੰ? ਸੁਨੇਹਾ ਤਾਂ ਕੁਛ ਨਹੀਂ ਜੀ, ਇੰਨੀਆਂ ਮੈਂ ਵੈਸੇ ਗੱਲਾਂ ਕਰ ਲਈਆਂ, ਅਤੇ ਕਹਿੰਦੇ ਮੇਰੀ ਬਿਮਾਰੀ ਚਾਹੋਗੇ ਕੁਛ? ਮੈਨੂੰ ਇੱਕ ਆਦਤ ਆ ਥੋੜ੍ਹਾ ਜਿਹਾ ਸੱਚ ਬੋਲ ਲੈਣਾ, ਲੋਕਾਂ ਨੂੰ ਚੰਗਾ ਵੀ ਨਹੀਂ ਲੱਗਦਾ, ਅਤੇ ਹਰ ਇੱਕ ਨੂੰ ਚੰਗਾ ਨਹੀਂ ਲੱਗਦਾ, ਕਈਆਂ ਨੂੰ ਚੰਗਾ ਵੀ ਲੱਗਦਾ। ਸੁਨੇਹਾ ਇਹੀ ਆ ਕਿ ਸਾਨੂੰ ਸਾਰਿਆਂ ਨੂੰ, ਜਿੰਨੇ ਕੁ ਲੋਕ ਅਸੀਂ ਪੰਜਾਬੀ ਇੰਡਸਟਰੀ ਦੇ ਆ, ਜਿਹੜਾ ਥੋੜ੍ਹਾ ਜਿਹਾ ਕੋਆਰਡੀਨੇਸ਼ਨ 'ਚ ਕੰਮ ਕਰਨਾ ਚਾਹੀਦਾ ਸਾਨੂੰ, ਕਿਉਂਕਿ ਜਦੋਂ ਕੋਈ ਵੀ ਬਾਲੀਵੁੱਡ ਦਾ ਆਦਮੀ ਆਉਂਦਾ ਵਾ ਜਾਂ ਕੋਈ ਵੀ ਸਾਡੇ ਬਾਰੇ ਜਿਹੜੀ ਉਹਨਾਂ ਦੇ ਰਾਏ ਹੁੰਦੀ ਹੈ ਨਾ, ਉਹਨਾਂ ਨੂੰ ਸਾਨੂੰ ਸਹੀ ਕਰਨਾ ਪਏਗਾ। ਸੀਰੀਅਸਲੀ ਨਹੀਂ ਲੈਂਦੇ? ਸੀਰੀਅਸਲੀ ਨਹੀਂ ਲੈਂਦੇ, ਕਿਉਂਕਿ ਮੈਂ ਜੋ ਦੇਖਿਆ ਵਾ ਉਹਨਾਂ ਦੇ ਮਾਇੰਡ 'ਚ ਇਹ ਹੁੰਦਾ ਵਾ ਕਿਤੇ ਨਾ ਕਿਤੇ ਵੀ ਅਸੀਂ ਕਮਿਟਮੈਂਟ ਦੇ ਪੱਕੇ ਨਹੀਂ, ਅਤੇ ਮੈਨੂੰ ਲੱਗਦਾ ਕਿ ਸਾਨੂੰ ਚੇਂਜ ਕਰਨਾ ਪਏਗਾ, ਤੋੜਨਾ ਪਏਗਾ, ਕੋਸ਼ਿਸ਼ ਕਰਨੀ ਚਾਹੀਦੀ ਸਾਨੂੰ ਸਾਰਿਆਂ ਨੂੰ ਕਿ ਅਸੀਂ ਕਿਸੇ ਨਾਲ ਜੇ ਅਗਰ ਕੋਈ ਕਮਿਟਮੈਂਟ ਕਰਦੇ ਹਾਂ ਪੂਰੀ ਕਰੀਏ, ਪੂਰੀ ਕਰੀਏ, ਪ੍ਰੋਪਰ ਪ੍ਰੋਫੈਸ਼ਨਲੀ ਕੰਮ ਕਰੀਏ, ਪ੍ਰੋਫੈਸ਼ਨਲ ਵੇ ਦੇ ਵਿੱਚ ਜਾ ਕੇ ਕੰਮ ਕਰੀਏ, ਕੋਸ਼ਿਸ਼ ਕਰੀਏ, ਨਵੇਂ ਨੂੰ ਵੀ ਜੇ ਅਸੀਂ ਮੌਕਾ ਦਿੰਦੇ ਹਾਂ ਤਾਂ ਉਹਦੇ ਲਈ ਥੋੜ੍ਹਾ ਜਿਹਾ ਮਿਹਨਤ ਕੀਤੀ ਜਾਵੇ, ਤਾਂ ਕਿ ਵਰਕਸ਼ਾਪ ਹੁੰਦੀਆਂ ਵਾ ਜਾਂ ਕੁਛ ਵੀ ਕਰਕੇ ਅਸੀਂ ਕੰਮ ਵਧੀਆ ਕੀਤਾ ਜਾਵੇ ਤਾਂ ਲੋਕ ਚੰਗਾ ਹੀ ਸਮਝਣਗੇ। ਲੋਕ ਪਬਲਿਕ ਦਾ ਇਹ ਹੈ ਕਿ ਪਬਲਿਕ ਇੱਦਾਂ ਦੀ ਆ ਕਿ ਰੱਬ ਵਰਗੇ ਸਰੋਤੇ ਆ, ਜਦੋਂ ਕਿਸੇ ਨੂੰ ਕਹਿੰਦੇ ਨਾ ਵੀ ਮਤਲਬ ਸਰੋਤੇ ਮਿਲ ਜਾਣ ਤਾਂ ਉਹਨੂੰ ਕਿਸੇ ਹੋਰ ਚੀਜ਼ ਦੀ ਲੋੜ ਲੋੜ ਨਹੀਂ। ਅਤੇ ਬਾਕੀ ਮੈਂ ਤਾਂ ਸਾਰੇ ਜਿੰਨੇ ਮੇਰੀ ਫਿਲਮ ਪਸੰਦ ਕੀਤੀ ਆ, ਮਤਲਬ ਆਪਣੇ ਦੇਸ਼ 'ਚ ਜਾਂ ਵਿਦੇਸ਼ ਦੇ ਵਿੱਚ ਕਿਤੇ ਵੀ, ਤਾਂ ਮੈਂ ਸਾਰਿਆਂ ਦਾ ਪਹਿਲੀ ਗੱਲ ਤਾਂ ਥੈਂਕ ਯੂ ਕਹਿਣਾ ਚਾਹੁੰਦਾ, ਧੰਨਵਾਦ ਕਰਨਾ ਚਾਹੁੰਦਾ ਵਾਂ, ਸਭ ਤੋਂ ਜ਼ਿਆਦਾ ਧੰਨਵਾਦ ਆ ਪ੍ਰੋਡਿਊਸਰ ਸਾਹਿਬ ਦਾ ਜਿੰਨੇ ਫੇਧ ਕਰਕੇ ਪੈਸੇ ਲਾਏ ਆ, ਕਿਉਂਕਿ ਪੈਸੇ ਨਵੇਂ ਆਦਮੀ 'ਤੇ ਬਹੁਤ ਘੱਟ ਲੱਗਦੇ ਆ, ਪੁਰਾਣਿਆਂ 'ਤੇ ਚਾਹੇ ਗਵਾਈ ਜਾਓ ਨਵਿਆਂ 'ਤੇ ਬਹੁਤ ਘੱਟ ਲੱਗਦੇ, ਇਸ ਕਰਕੇ ਮੈਂ ਉਹਨਾਂ ਦਾ ਵੀ ਥੈਂਕ ਯੂ ਆ, ਜਿਹੜੇ ਟੀਮ ਨੇ ਕੰਮ ਕੀਤਾ ਉਹਨਾਂ ਦਾ ਵੀ ਥੈਂਕ ਯੂ, ਤੁਹਾਡਾ ਵੀ ਥੈਂਕ ਯੂ, ਤੁਸੀਂ ਮੈਨੂੰ ਥੈਂਕ ਯੂ ਸੋ ਮੱਚ। ਅਤੇ ਮੈਨੂੰ ਲੱਗਦਾ ਰੱਬ ਦਾ ਜਿਹੜਾ ਹੱਥ ਹੈ ਤੁਹਾਡੇ ਸਿਰ ਦੇ ਉੱਤੇ ਹੈ, ਇੱਦਾਂ ਹੀ ਮੈਨੂੰ ਪੂਰੀ ਉਮੀਦ ਹੈ ਕਿ ਜਿਹੜੀ ਆਡੀਅੰਸ ਹੈਗੀ ਹੈ ਤੁਹਾਡੇ 'ਤੇ ਫੇਥ ਕਰੇਗੀ, ਪ੍ਰੋਡਿਊਸਰਸ ਤੁਹਾਡੇ 'ਤੇ ਫੇਥ ਕਰਨਗੇ, ਅਤੇ ਅਗਰ ਸਬਜੈਕਟਸ ਅੱਛੇ ਹੋਣਗੇ ਮੈਨੂੰ ਲੱਗਦਾ ਹੈ ਆਡੀਅੰਸ ਜਿਹੜੀ ਹੈ ਉਹ ਸਿਨੇਮਾ ਵਿੱਚ ਜ਼ਰੂਰ ਜਾਏਗੀ ਫਿਲਮ ਦੇਖਣ ਲਈ। ਥੈਂਕ ਯੂ ਸੋ ਮੱਚ ਸਿਮਰਨ, ਬਹੁਤ ਚੰਗਾ ਲੱਗਿਆ ਤੁਸੀਂ ਆਪਣੇ ਵਿਊ ਸਾਡੇ ਨਾਲ ਸ਼ੇਅਰ ਕੀਤੇ, ਐਂਡ ਆਲ ਦ ਵੈਰੀ ਬੈਸਟ ਤੁਹਾਡੇ ਆਉਣ ਵਾਲੇ ਪ੍ਰੋਜੈਕਟਸ ਲਈ। ਥੈਂਕ ਯੂ ਸੋ ਮੱਚ। ਥੈਂਕ ਯੂ, ਸਤਿ ਸ਼੍ਰੀ ਅਕਾਲ।
ਸੋ ਦੋਸਤੋ ਐਸੀ ਮੁਲਾਕਾਤ ਡਾਇਰੈਕਟਰ ਸਿਮਰਨਜੀਤ ਸਿੰਘ ਹੁੰਦਲ ਦੇ ਨਾਲ ਅਗਲੀ ਵਾਰੀ ਹੋਰ ਫਨਕਾਰ ਦੇ ਨਾਲ ਮੈਂ ਜੱਸੀ ਤੁਹਾਡੀ ਮੁਲਾਕਾਤ ਕਰਾਵਾਂਗੀ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ